ਕਿਹੜੀ ਜਗ੍ਹਾ ਤੋਂ ਆਏ? ਅੱਜ ਜਾ ਰਹੇ ਹੋ ਪਾਕਿਸਤਾਨ, ਰਵਾਨਾ ਹੋ ਰਹੇ ਹੋ ਜੀ, ਕਿਹੜੇ ਕਿਹੜੇ ਗੁਰੂ ਧਾਮਾਂ ਦੇ ਦਰਸ਼ਨ ਕਰੋਗੇ? ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਹੁਤ ਅਪਾਰ ਕਿਰਪਾ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਪਹਿਲੀ ਵਾਰੀ ਟਰਾਈ ਕੀਤਾ ਸੀ, ਅਤੇ ਪਹਿਲੀ ਵਾਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ, ਵੀਜ਼ੇ ਲੱਗ ਗਏ ਆ, ਹੁਣ ਸੰਗਤਾਂ ਦੇ ਨਾਲ ਜਾ ਰਹੇ ਹਾਂ। 1101 ਜਿਹੜਾ ਇੱਥੋਂ ਸ਼ਖਸ ਜਾ ਰਿਹਾ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ, ਗੁਰੂ ਸਾਹਿਬ ਆਸਕੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਕਿਰਪਾ ਕਰਨ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਨਾਮ ਸਿਮਰਨ ਜਪਾਉਂਦੇ ਆਪਣੇ ਚਰਨਾਂ ਨਾਲ ਜੋੜਨ। ਜਿੱਥੇ ਜਿੱਥੇ ਵੀ ਗੁਰਧਾਮਾਂ ਦੇ ਦਰਸ਼ਨ ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਜੀ ਨੇ ਚਰਨ ਪਾਏ ਹਨ, ਉਹਨਾਂ ਥਾਵਾਂ 'ਤੇ ਆਪਾਂ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਨਤਮਸਤਕ ਹੋਈਏ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਜੋ ਸਾਡੇ ਪੰਜਾਬ ਦੇ ਉੱਤੇ ਗੰਦੀ ਹਨੇਰੀ ਝੁੱਲ ਰਹੀ ਹੈ ਗੰਦੀਆਂ ਸਰਕਾਰਾਂ ਕਰਕੇ, ਉਹਨਾਂ ਵਾਸਤੇ ਜੋ ਸਾਡੇ ਬੰਦੀ ਸਿੰਘ ਹਨ ਉਹ ਬੜੇ ਚਿਰਾਂ ਤੋਂ ਬੜਾ ਲੰਮਾ ਸਫ਼ਰ ਉਹਨਾਂ ਜੇਲ੍ਹਾਂ ਵਿੱਚ ਗਾਲ ਕੇ, ਹੁਣ ਭਾਈ ਅੰਮ੍ਰਿਤਪਾਲ ਜੀ ਨੂੰ ਬਿਨਾਂ ਨਜਾਇਜ਼ ਕਿ ਉਹ ਸੰਗਤਾਂ ਵਾਸਤੇ ਪ੍ਰਚਾਰ ਕਰ ਰਹੇ ਸੀ ਕਿ ਬੱਚਿਆਂ ਨੂੰ ਜਿਹੜੇ ਆ ਨਸ਼ਿਆਂ ਤੋਂ ਦੂਰ ਕਰਨਾ ਵਾ, ਅਤੇ ਉਹਨਾਂ ਦੀ ਇਹੋ ਹੀ ਜਿਹੜੀ ਆ ਉਹਨਾਂ ਨੂੰ ਬਹੁਤ ਵੱਡੀ ਸਜ਼ਾ ਦੇ ਕੇ ਉਹਨਾਂ ਨੂੰ ਕਾਲੇ ਪਾਣੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਗੁਰੂ ਸਾਹਿਬ ਅੱਗੇ ਡੇਲੀ ਅਰਦਾਸ ਕਰਦੇ ਹਾਂ ਕਿ ਮਹਾਰਾਜ ਕਿਰਪਾ ਕਰਨ, ਜਿੱਥੇ ਵੀ ਬੰਦੀ ਸਿੰਘ ਹੋਣ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਅਤੇ ਜਲਦੀ ਤੋਂ ਜਲਦੀ ਰਿਹਾਈਆਂ ਬਖਸ਼ਿਸ਼ ਕਰਕੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ। ਅੱਜ ਵਿਸਾਖੀ ਦਾ ਦਿਹਾੜਾ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੱਚ ਦੇ ਪ੍ਰਤੀਕ ਬਣ ਕੇ ਗੁਰੂ ਸਾਹਿਬ ਕਿਰਪਾ ਕਰਨ, ਬੰਦੀ ਸਿੰਘਾਂ ਨੂੰ ਆਪਣੇ ਪਰਿਵਾਰਾਂ 'ਚ ਭੇਜ ਕੇ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨ ਦੇ ਜੋ ਜਥਾ ਜਾ ਰਿਹਾ ਹੈ, ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਨੂੰ ਜੋੜਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਸੀਂ ਆਏ ਹਾਂ ਸਰਸੇ ਕੋਲ, ਪਿੰਡ ਹੈ ਝੋੜ ਰੋਹੀ, ਜ਼ਿਲ੍ਹਾ ਸਰਸਾ, ਹਰਿਆਣਾ। ਕਿਹੜੀ ਜਗ੍ਹਾ ਜਾ ਰਹੇ ਹੋ? ਨਨਕਾਣਾ ਸਾਹਿਬ ਜਾ ਰਹੇ ਹਾਂ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ? ਖੁਸ਼ੀ ਦਾ ਕੋਈ ਅੰਤ ਹੈ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ। ਐਸਜੀਪੀਸੀ ਦਾ ਸ਼ੁਕਰਾਨਾ ਕਰਨਾ ਚਾਹੋਗੇ? ਐਸਜੀਪੀਸੀ ਦਾ ਸ਼ੁਕਰਾਨਾ ਵੀ ਕਰਾਂਗੇ, ਪਰ ਸਾਡਾ ਵੀਜ਼ਾ ਉੱਧਰੋਂ ਲੱਗਿਆ, ਦੂਜੀ ਜਿਹੜੀ ਨਵੀਂ ਕਮੇਟੀ ਬਣੀ ਹੈ, ਜਿਹੜੀ ਸਾਡੇ ਬੇਪ ਸਿੰਘ ਸੀ ਪਰ ਉਹ ਬਣ ਗਈ, ਕੀ ਕੀਤਾ ਜਾਵੇ ਹੁਣ, ਫਿਰ ਸਾਨੂੰ ਉਹਦੇ ਅੰਡਰ ਹੀ ਚੱਲਣਾ ਪੈਣਾ ਜਦੋਂ ਬਣ ਗਈ, ਪਰ ਸਾਨੂੰ ਬੇਪ ਸਿੰਘ ਸੀ, ਉਹ ਅਸੀਂ ਨਹੀਂ ਚਾਹੁੰਦੇ ਸੀ ਅਲੱਗ ਕਮੇਟੀ ਬਣੀ। ਪਹਿਲੀ ਵਾਰ ਟਰਾਈ ਕੀਤਾ ਸੀ ਜਾਣ ਦਾ? ਨਹੀਂ ਨਹੀਂ, ਪਹਿਲਾਂ 3 ਵਾਰ ਹੋ ਆਏ ਹਾਂ, ਚੌਥੀ ਵਾਰ ਚੱਲੇ ਹਾਂ। ਹਾਂ ਜੀ, ਪੂਰਾ ਕੋਈ ਅੰਤ ਹੈ? ਉਮਰ ਹੀ ਵੱਧ ਜਾਂਦੀ ਹੈ, 80 ਸਾਲ ਦਾ ਹੋ ਗਿਆ ਜੇ ਤੇਰੇ ਵਰਗਾ ਜਵਾਨ ਆ ਮੈਂ। ਇਕੱਲੇ ਜਾ ਰਹੇ ਜਾਂ? ਨਹੀਂ, ਇੱਕ ਸਾਥੀ ਮੇਰਾ ਹੋਰ ਹੈ, ਇਕੱਲੇ ਜਾ ਰਿਹਾ। ਹਾਂ ਵੀ ਇਕੱਲੇ ਹੀ ਮੈਂ, ਮੇਰੇ ਘਰ ਗੁੱਡੀਆਂ ਗੁੱਡੀਆਂ ਵਹਿਜੀਆਂ ਵਰਗੀਆਂ ਵਿਚਾਰੀਆਂ ਆਪਦੇ ਘਰ ਬਾਹਰ ਦੀਆਂ, ਮੈਂ ਇਸ ਬਸ ਦਰਸ਼ਨ ਮੇਰਾ ਕਰਨ 'ਤੇ ਹੀ ਹਾਂ। ਕਿਹੜੀ ਕਿਹੜੀ ਜਗ੍ਹਾ 'ਤੇ ਦਰਸ਼ਨ ਕਰੋਗੇ ਉੱਥੇ? ਉੱਥੇ ਸਾਰੇ ਆਪਣਾ ਨਨਕਾਣਾ ਸਾਹਿਬ ਜਾਵਾਂਗੇ, ਜਿੰਨੇ ਗੁਰਦੁਆਰੇ ਸਾਹਿਬ ਨੇ ਸਭ ਦੇ ਦਰਸ਼ਨ ਕਰਾਂਗੇ, ਪੰਜਾ ਸਾਹਿਬ, ਡੇਰਾ ਸਾਹਿਬ, ਕਰਤਾਰਪੁਰ ਸਭ, ਰੋੜੀ, ਸੱਚਾ ਸੌਦਾ, ਸਾਰੇ ਕਰਾਂਗੇ।